ਮਾਮਲਾ ਲੁਧਿਆਣਾ ਦਾ ਹੈ ਜਿੱਥੇ ਗੋਲਕ ਰੋਡ ਤੇ ਵਾਪਰੇ ਸੜਕ ਹਾਦਸੇ 'ਚ 6 ਸਾਲਾ ਬੱਚੇ ਦੀ ਮੌਤ ਹੋ ਗਈ ਹੈ। ਦਰਅਸਲ ਬੱਚਾ ਸਕੂਲ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਅਚਾਨਕ ਟਰਾਂਸਪੋਰਟ ਕੰਪਨੀ ਦੀ ਬਲੈਰੋ ਗੱਡੀ ਨੇ ਬੱਚੇ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਤੇ ਹਰਸ਼ਿਤ ਦੀ ਮੌਕੇ ਤੇ ਹੀ ਮੌਤ ਹੋ ਗਈ। ਵਾਪਰੀ ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਗੱਡੀ ਦੀ ਜੰਮ ਕੇ ਤੋੜ ਭੰਨ ਕੀਤੀ ਅਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਲੋਕਾਂ ਨੂੰ ਸ਼ਾਂਤ ਕਰਵਾਇਆ। ਭੜਕੇ ਹੋਏ ਲੋਕਾਂ ਦਾ ਕਹਿਣਾ ਹੈ ਕਿ ਰੋਡ ਤੇ ਆਮ ਤੌਰ ਤੇ ਟਰਾਂਸਪੋਰਟ ਦੀਆਂ ਗੱਡੀਆਂ ਘੁੰਮਦੀਆਂ ਰਹਿੰਦੀਆਂ ਹਨ, ਜਿਨ੍ਹਾਂ ਕਰਕੇ ਕਈ ਵਾਰ ਪਹਿਲਾਂ ਵੀ ਦੁਰਘਟਨਾਵਾਂ ਵਾਪਰ ਚੁੱਕੀਆਂ ਹਨ। ਐਸਪੀ ਵਰਿਆਮ ਸਿੰਘ ਦਾ ਕਹਿਣਾ ਹੈ ਕਿ ਡਰਾਈਵਰ ਮੌਕੇ ਤੇ ਫਰਾਰ ਹੈ, ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ, ਜਲਦ ਹੀ ਗੱਡੀ ਦੇ ਚਾਲਕ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਐਗਜੈਕਟ ਜਗ੍ਹਾ ਹੈਗੀ ਗੁਲਚਮਨ ਗਲੀ, ਪੀਰ ਦੀ ਸਮਾਧ ਵਾਲੀ ਗਲੀ ਜੀ, ਉਸ ਗਲੀ ਦੇ ਬਿਲਕੁਲ ਨੁੱਕਰ ਦੇ ਉੱਤੇ, ਕਾਰਨਰ ਦੇ ਉੱਤੇ ਬੱਚਾ ਉਸ ਵੇਲੇ ਖੜਾ ਸੀਗਾ। ਬੱਚਾ ਖੜਾ ਸੀਗਾ, ਸਕੂਲ ਦੀ ਬਹਿਣ ਆ ਰਹੀ ਸੀ, ਸਕੂਲ ਜਾਣ ਵਾਸਤੇ ਖੜਾ ਸੀ, ਵੇਟ ਕਰ ਰਿਹਾ ਸੀ ਆਪਣੀ ਬੱਸ ਦੀ ਜੀ। ਉਧਰੋਂ ਆਏ, ਉਧਰੋਂ ਰੋਂਗ ਸਾਈਡ ਤੋਂ ਇੱਕ ਜੀਪ ਆਈ ਹੈ, ਬਲੈਰੋ ਜੀਪ ਆਈ ਹੈ, ਔਰ ਉਹ ਓਵਰਲੋਡ ਨਾਲੇ ਓਵਰਲੋਡ ਉਹਨੇ ਨਸ਼ਾ ਕੀਤਾ ਸੀ ਜਾਂ ਕੀ ਚੱਕਰ ਸੀ, ਇੱਧਰੋਂ ਆ ਕੇ ਬਿਲਕੁਲ ਬੱਚੇ ਦੇ ਘੜੀਸ ਕੇ ਹੀ ਲੈ ਗਿਆ, ਉਹਨੂੰ ਘੜੀਸ ਕੇ ਹੀ ਲੈ ਗਿਆ, ਨਾਲ ਮਰ ਗਿਆ ਉੱਥੇ ਮੌਕੇ 'ਤੇ ਮਰ ਗਿਆ। ਪਹਿਲਾਂ ਵੀ ਜੇ ਹਾਦਸੇ ਹੋ ਚੁੱਕੇ ਨੇ, ਪਹਿਲਾਂ ਬਹੁਤ, ਮੈਂ ਦੱਸਦਾ ਮੇਰਾ ਛੋਟਾ ਬ੍ਰਦਰ ਇੱਥੋਂ ਲੰਘ ਰਿਹਾ ਸੀਗਾ, ਇੱਥੋਂ ਇੱਕ ਬੰਦਾ ਇੱਕ ਟਰੱਕ ਨੂੰ ਲੋਡ ਕਰ ਰਿਹਾ ਸੀ, ਇੱਧਰ ਦਾ ਬਸ ਉਹ ਰੱਸਾ ਮਾਰਿਆ, ਉਹਨੇ ਰੱਸਾ ਮਾਰ ਕੇ ਰੱਸਾ ਖਿੱਚਣ ਲੱਗਾ, ਉਹਦੇ ਗਲੇ 'ਚ ਰੱਸਾ ਪੈ ਗਿਆ ਜਦੋਂ ਚੱਕਣ ਲੱਗਾ। ਅਸੀਂ ਉਸ ਟਾਈਮ ਕੰਪਲੇਂਟ ਵੀ ਕੀਤੀ ਹੈ ਔਰ ਉਸ ਬੰਦੇ ਨੂੰ ਵੀ ਕਿਹਾ, ਉਹਨੇ ਮਾਫੀਆਂ ਮੰਗੀ, ਨਿਕਲ ਗਿਆ ਬਸ। ਪ੍ਰਸ਼ਾਸਨ ਤੋਂ ਮੰਗ, ਪ੍ਰਸ਼ਾਸਨ ਤੋਂ ਮੰਗ, ਇਹ ਜਿਹੜਾ ਇਹਨਾਂ ਦਾ ਟਰਾਂਸਪੋਰਟ ਨਗਰ ਵਸਾ ਕੇ ਇਹਨਾਂ ਨੂੰ ਦਿੱਤਾ, ਜਦੋਂ ਬੰਦ ਕੀਤਾ ਸਭ ਕੁਝ ਕਰਕੇ ਦਿੱਤਾ, ਫਿਰ ਇੱਥੇ ਕਿਉਂ ਨੇ? ਇੱਕ ਸਕੂਟਰ ਵਾਲਾ ਇੱਥੇ ਲੰਘ ਜੇ, ਉਹਦੇ ਸਾਰੇ ਕਾਗਜ਼ ਚੈੱਕ ਹੁੰਦੇ ਨੇ, ਐਡਾ ਟਰੱਕ ਲੰਘ ਕੇ ਜਾਂਦਾ ਇੱਥੇ, ਇਹਨਾਂ ਨੂੰ ਨਹੀਂ ਪਤਾ ਲੱਗਦਾ। ਇੱਕ ਬੱਚੇ ਦੀ ਮੌਤ ਹੋ ਗਈ ਹੈ, ਇੱਕ ਗੱਡੀ ਆ ਰਹੀ ਸੀ, ਉਹਨੇ ਰੋਂਗ ਸਾਈਡ ਤੇ ਆ ਕੇ ਬੱਚਾ ਸਾਈਡ ਤੇ ਖੜਾ ਸੀ, ਆਪਣੀ ਭੂਆ ਨੇ ਕੰਧ ਦੇ ਨਾਲ ਖੜਾ ਸੀ, ਸਕੂਲ ਦੀ ਬੱਸ ਤੋਂ ਤਿਆਰ ਕਰ ਰਹੇ ਸੀਗੇ, ਸਕੂਲ ਜਾ ਰਹੇ ਸੀ, ਬੱਚਾ 5 ਸਾਲ ਦਾ ਬੱਚਾ ਸੀਗਾ, ਔਰ ਉਹਨੇ ਰੋਂਗ ਸਾਈਡ ਤੇ ਆ ਕੇ ਗੱਡੀ ਨੇ ਬੱਚੇ ਨੂੰ ਰੋਣ ਦਿੱਤਾ, ਬੱਚਾ ਮੌਕੇ ਤੇ ਹੀ ਮਰ ਗਿਆ, ਔਰ ਗੱਡੀ ਜਿਹੜੀ ਸੀ ਉਹ ਆਪ ਡਰਾਈਵਰ ਗੱਡੀ ਛੱਡ ਕੇ ਭੱਜ ਗਿਆ, ਪਰ ਰੋਂਗ ਸਾਈਡ ਤੇ ਲਾ ਕੇ ਮਾਰਿਆ ਬੱਚੇ ਨੂੰ ਸਾਈਡ ਤੇ ਖੜੇ ਨੂੰ। ਮਾਮਲੇ 'ਚ ਜਿਹੜਾ ਇਹ ਹੋਇਆ ਇੰਸੀਡੈਂਟ ਬਹੁਤ ਮਾੜਾ ਹੋਇਆ, ਇੱਕ ਬੱਚੇ ਦੀ ਜਾਨ ਗਈ ਹੈ। ਪਹਿਲੀ ਗੱਲ ਤਾਂ ਇਹ ਆ ਕਿ ਮੈਨੂੰ ਅਤੇ ਸਾਰਿਆਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਸੁਬਹਾ ਸੁਬਹਾ ਇੱਕ ਜਿਹੜਾ ਬੱਚਾ ਜਿਹਦਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੁੰਦੀ, ਉਹਦੀ ਡੈਥ ਹੋਈ ਹੈ। ਦੂਜੀ ਗੱਲ ਇਹ ਹੈ ਕਿ ਅਸੀਂ ਬਿਆਨ ਲਿਖ ਕੇ ਇਹਦੇ ਖਿਲਾਫ਼ ਮੁਕੱਦਮਾ ਦਰਜ ਕਰ ਰਹੇ ਹਾਂ, ਗੱਡੀ ਕਬਜ਼ੇ 'ਚ ਲੈ ਲਈ ਹੈ, ਮਾਲ ਵੀ ਕਬਜ਼ੇ 'ਚ ਲੈ ਲਿਆ, ਤਾਂ ਇਹਦੇ ਖਿਲਾਫ਼ ਜੋ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਬਣਦੀ ਹੋਈ ਬਿਆਨ ਮੁਤਾਬਕ।